दो दो सा बंदा दो दिन पंचायत बैठाए, पंचायत में मैं विनती किए कि मेरा कोई गलती है तो वो बता दो तो मैं हल करेंगे, यदि नहीं गलती है तो मैं पंजाब में चूटी का सामान है सर, सरपंच साहब जैसे तुसी निबेड़ देगा वो मानने के लिए हम तैयार हैं। पर्चा होने के बाद मैं 240 बंदे मौड़ थाना कोट पत्ते बुला लिया, सारे मेरे पास टिकट है, सारा मेरा प्रूफ है, जिसमें कि मैसर खाने नहीं तो कोट पत्ते वाले फैसला कुछ किया और नहीं तो मौड़ थाने वाले कोई फैसला किया। ऑर्डर आने के बाद में मेरे को आज 4-5 महीने जो है ना एक दिन नहीं तैयारी करने दिया और नहीं तो कोई मेरे को फैसला किया। सारा पैसे ये 7 साल से कमा करके उत्थे लगा दिया, एक अपने पोते को मार दिया, एक अपने लड़के को मार दिया और उसका कोई गुजारा यहाँ नहीं है कि अब अफसर को न कान में आँख में दिखाई देता है न कान में सुनाई देता है, अब मैं पीपा बजाना शुरू करेंगे। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਜੇਕਰ ਗੱਲ ਕਰੀਏ ਬਠਿੰਡਾ ਦੀ ਤਾਂ ਬਠਿੰਡਾ ਵਿੱਚ ਇੱਕ ਸ਼ਖਸ ਜਿਹੜਾ ਸਾਨੂੰ ਅੱਜ ਇੱਥੇ ਬੈਠਾ ਹੋਇਆ ਮਿਲਿਆ, ਪੀਪਾ ਇਹਦੇ ਕੋਲ ਹੈਗਾ, ਭੱਜੂ ਰਾਮ ਇਹਦਾ ਨਾਮ ਹੈ। ਪੀਪਾ ਵਜਾ ਰਿਹਾ ਸੀ ਜਦੋਂ ਅਸੀਂ ਦੇਖਿਆ ਇਹਨੂੰ, ਇਹਦਾ ਨਾਮ ਭੱਜੂ ਰਾਮ ਹੈ ਅਤੇ ਮੈਸਰ ਖਾਨੇ ਦੇ ਵਿੱਚ ਇਹ ਲੇਬਰ ਦਾ ਕੰਮ ਕਰਦਾ, ਪੱਥਰ ਅਤੇ ਟਾਈਲਾਂ ਲਵਾਉਣ ਦਾ ਇਹ ਕਾਰੀਗਰ ਹੈਗਾ। ਇਹ ਤੁਸੀਂ ਦੇਖ ਰਹੇ ਹੋ ਪੀਪਾ ਲੈ ਕੇ ਕਿਉਂ ਬੈਠਾ, ਕਿਉਂਕਿ ਇਹਦੀ ਸੁਣਵਾਈ ਨਹੀਂ ਹੋਈ। ਇਹਨੇ ਜਿਸ ਬੰਦੇ ਦੇ ਘਰ ਪੱਥਰ ਦਾ ਕੰਮ ਕੀਤਾ ਸੀ ਉਹਨੇ ਇਹਦੀ ਮਜ਼ਦੂਰੀ ਨਹੀਂ ਦਿੱਤੀ, ਇਹਦਾ ਪੈਸਾ ਰੱਖ ਲਿਆ। ਉਸ ਤੋਂ ਬਾਅਦ ਇਹਨੇ ਸ਼ਿਕਾਇਤ ਕੀਤੀ ਪੁਲਿਸ ਦੇ ਵਿੱਚ, ਕੋਈ ਹੱਲ ਨਹੀਂ ਹੋਇਆ। ਸਿਵਲ ਕੋਰਟ ਦੇ ਵਿੱਚ ਜਿਹੜਾ ਮਾਮਲਾ ਉਹ ਵੀ ਗਿਆ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੂੰ, ਇਹ ਜਿਹੜੇ ਤੁਸੀਂ ਲੈਟਰ ਦੇਖ ਰਹੇ ਹੋ, ਇਹ ਲੈਟਰ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਅਸੀਂ ਦਿਖਾਉਣ ਦੀ, ਇਹ ਲੈਟਰ ਜਿਹੜਾ ਹੈਗਾ CMO ਪੰਜਾਬ ਯਾਨੀ ਚੀਫ ਮਿਨਿਸਟਰ ਦੇ ਆਫਿਸ ਤੋਂ ਭੇਜਿਆ ਗਿਆ ਕਿ ਇਹਨੂੰ ਇਨਸਾਫ ਮਿਲਣਾ ਚਾਹੀਦਾ, ਜਿਹੜੀ ਬਣਦੀ ਕਾਰਵਾਈ ਹੈ ਉਹਦੇ ਖਿਲਾਫ ਹੋਣੀ ਚਾਹੀਦੀ ਹੈ ਜਿਨ੍ਹੇ ਇਹਦੇ ਪੈਸੇ ਦੇਣੇ ਹੈ। ਪਰ ਫਿਲਹਾਲ ਕੋਈ ਸੁਣਵਾਈ ਨਾ ਹੋਣ ਤੋਂ ਬਾਅਦ ਇਹ ਸਾਰੀਆਂ ਸ਼ਿਕਾਇਤਾਂ ਲੈ ਕੇ ਇਹ ਪ੍ਰਵਾਸੀ ਬੰਦਾ ਹੈਗਾ ਜਿਹੜਾ ਅੱਜ ਬਠਿੰਡਾ ਦੇ ਪ੍ਰਬੰਧਕੀ ਕੰਪਲੈਕਸ ਯਾਨੀ ਪੁਲਿਸ ਦੇ ਜਿੱਥੇ ਡਿਪਟੀ ਕਮਿਸ਼ਨਰ ਦਾ ਆਫਿਸ ਆ ਉਹਦੇ ਬਾਹਰ ਬੈਠਾ, ਇਨਸਾਫ ਦੀ ਮੰਗ ਕਰ ਰਿਹਾ। ਤੁਹਾਨੂੰ ਇਹਦੇ ਅਸੀਂ ਕਾਗਜ਼ਾਤ ਵੀ ਸਾਰੇ ਦਿਖਾ ਦਿੰਦੇ ਹਾਂ, ਜਿਹੜੇ ਇਹਦੇ ਕੋਲ ਜਿੰਨੀਆਂ ਦਰਖਾਸਤਾਂ ਇਹਨੇ ਦਿੱਤੀਆਂ ਹੋਈਆਂ ਉਹ ਵੀ ਇਹਦੇ ਹੱਥ ਦੇ ਵਿੱਚ ਹੈਗੀਆਂ। ਬਾਕੀ ਇਹਨੇ ਇਕੱਲੀ ਇਕੱਲੀ ਦਰਖਾਸਤ ਇੱਥੇ ਲਿਖੀ ਹੋਈ ਹੈ, ਜਿਹੜਾ ਸਿਵਲ ਕੋਰਟ ਦਾ ਆਰਡਰ ਹੈਗਾ ਉਹ ਵੀ ਉਹਦੀ ਕਾਪੀ ਵੀ ਹੈਗੀ ਹੈ ਵੀ ਜਿਹੜੀ ਜਿੱਥੇ ਇਹਨੇ ਸ਼ਿਕਾਇਤਾਂ ਕੀਤੀਆਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸ਼ਿਕਾਇਤ ਕੀਤੀ ਹੈ। ਇਸ ਤੋਂ ਇਲਾਵਾ ਹੋਰ ਜਿੱਥੇ ਜਿੱਥੇ ਇਹ ਗਿਆ ਹੈਗਾ ਗਰੀਬ ਬੰਦਾ, ਪਰ ਇਹਦੀ ਸੁਣਵਾਈ ਨਹੀਂ ਅੱਕ ਕੇ ਇਹ ਅੱਜ ਬਠਿੰਡਾ ਦੇ ਜਿਹੜਾ ਪ੍ਰਬੰਧਕੀ ਕੰਪਲੈਕਸ ਹੈਗਾ ਉਹਦੇ ਬਾਹਰ ਇਹ ਪੀਪਾ ਲੈ ਕੇ ਬੈਠਾ, ਪੀਪਾ ਖੜਕਾ ਕੇ ਕੰਨ ਖੋਲਣ ਨੂੰ ਕੋਸ਼ਿਸ਼ ਕਰ ਰਿਹਾ ਪ੍ਰਸ਼ਾਸਨ ਦੀ ਜਿਹੜੇ ਹੁਕਮਰਾਨ ਨੇ, ਕਿਉਂਕਿ ਇਹਨੂੰ ਇਨਸਾਫ਼ ਨਹੀਂ ਮਿਲਿਆ। ਇਹਦੇ ਨਾਲ ਗੱਲ ਕਰਦੇ ਸਭ ਤੋਂ ਪਹਿਲਾਂ, ਇਹਦਾ ਨਾਮ ਭੱਜੂ ਰਾਮ ਹੈ ਤੁਹਾਡਾ? ਹਾਂਜੀ ਸਰ, ਰਾਮ ਭੱਜੂ ਰਾਮ ਹੈ ਸਰ। ਕਿੱਥੋਂ ਦਾ ਤੂੰ ਰਹਿਣ ਵਾਲਾ ਹੈ, ਕੀ ਮਾਮਲਾ? ਜ਼ਿਲ੍ਹਾ ਬਿਹਾਰ, ਬਕਾ ਜ਼ਿਲ੍ਹਾ ਕਾ ਬਿਹਾਰ ਕਾ ਰਹਿਣੇ ਵਾਲੇ ਸਰ, ਥਾਣਾ ਸੰਭੂਗੰਜ, ਪੰਚਾਇਤ ਕਮਤਪੁਰ, ਗ੍ਰਾਮ ਗੋਸਪੁਰ, ਰਾਮ ਟੋਲਾ। ਅਤੇ ਮੈਂ ਪੱਥਰ ਟਾਇਲ ਕਾ ਕੰਮ ਕੀਏ ਥੇ ਮੈਸਰ ਖਾਨਾ, ਜ਼ਿਲ੍ਹਾ ਬਠਿੰਡਾ, ਮੈਸਰ ਖਾਨਾ ਮੌੜ ਥਾਣਾ, ਜਿਸਮੇ ਕਿ ਮੈਂ 67,190 ਰੁਪਇਆ ਲੈਣਾ ਥਾ, ਅਤੇ ਮੈਂ ਪੈਸੇ ਜਦੋਂ ਮੰਗੇ 68,190 ਕਾ ਬਿੱਲ ਬਣਾ, ਜਿਸਮੇ ਉਹਨੇ 25,000 ਰੁਪਇਆ ਮੇਰੇ ਕੋ ਦਿਆ ਹੈ, 42,000 ਰੁਪਇਆ 190 ਰਹਿ ਗਿਆ ਥਾ। ਉਹ ਪੈਸੇ ਜਦੋਂ ਮੰਗੇ ਤਾਂ ਉਹਨਾਂ ਨੇ ਮੇਰੇ ਕੋ ਮਾਰਕੁੱਟ ਕੀਆ, ਹਰਪਾਲ ਸਿੰਘ ਨੇ ਮਾਰਕੁੱਟ ਕਰਨ ਕੇ ਬਾਅਦ ਮੈਂ ਦੂਸਰੇ ਦਿਨ ਮੈਂ ਪੰਚਾਇਤ ਵੀ ਬਿਠਾਏ, ਦੋ ਸੌ ਬੰਦਾ ਦੋ ਦਿਨ ਪੰਚਾਇਤ ਬਿਠਾਏ, ਪੰਚਾਇਤ ਮੈਂ ਬੇਨਤੀ ਕੀਏ ਕਿ ਮੇਰਾ ਕੋਈ ਗਲਤੀ ਹੈ ਤਾਂ ਉਹ ਬਤਾ ਦਿਓ ਤਾਂ ਮੈਂ ਹੱਲ ਕਰੇਂਗੇ, ਜਦੀ ਨਹੀਂ ਗਲਤੀ ਹੈ ਤਾਂ ਮੈਂ ਪੰਜਾਬ ਮੈਂ ਚੂਟੀ ਕਾ ਸਮਾਨ ਹੈ ਸਰ, ਸਰਪੰਚ ਸਾਹਿਬ ਜੈਸੇ ਤੁਸੀਂ ਨਿਬੇੜ ਦੇਗਾ ਉਹ ਮੰਨਣੇ ਕੇ ਲਈ ਹਮ ਤਿਆਰ ਹੈ। ਸਰਪੰਚ ਸਾਹਿਬ ਨੇ ਬੋਲਾ ਕਿ ਹਰਪਾਲ ਸਿੰਘ ਤੋਂ ਰਮ ਭੱਜੂ ਰਮ ਆਈ ਨਰਾਤ, ਮੈਂ ਕੀ ਕਰੀਏ ਹੈਂ। ਉਸਕੇ ਬਾਅਦ ਮੈਂ ਜੋ ਹੈ ਨਾ ਲੇਬਰ ਕੋਰਟ ਮੈਂ ਕੇਸ ਕੀਏ, ਸਿਵਲ ਲਾਈਨ ਮੈਂ ਹਸਪਿਟਲ ਮੈਂ ਭਰਤੀ ਵੀ ਹੋਏ, ਮੇਰੇ ਕੋ ਮਾਰਪੀਟ ਕੀਆ ਥਾ, ਪਰਚਾ ਵੀ ਹੁਆ। ਪਰਚਾ ਹੋਣੇ ਕੇ ਬਾਅਦ ਮੈਂ 240 ਬੰਦੇ ਮੌੜ ਥਾਣਾ ਕੋਟ ਪੱਤੇ ਬੁਲਾ ਲਿਆ, ਸਾਰੇ ਮੇਰੇ ਪਾਸ ਟਿਕਟ ਹੈ, ਸਾਰਾ ਮੇਰਾ ਪ੍ਰੂਫ ਹੈ, ਜਿਸਮੇ ਕਿ ਮੈਸਰ ਖਾਨੇ ਨਹੀਂ ਤੋ ਕੋਟ ਪੱਤੇ ਵਾਲੇ ਫੈਸਲਾ ਕੁਛ ਕੀਆ ਔਰ ਨਹੀਂ ਤੋ ਮੌੜ ਥਾਣੇ ਵਾਲੇ ਕੋਈ ਫੈਸਲਾ ਕੀਆ। ਉਸਕੇ ਬਾਅਦ ਮੈਂ ਲੇਬਰ ਕੋਰਟ ਮੈਂ ਕੇਸ ਕੀਏ, 3 ਸਾਲ ਕੇ ਬਾਅਦ ਮੇਰੇ ਹੱਕ ਮੈਂ ਜੋ ਹੈ ਨਾ ਆਰਡਰ ਹੁਆ, ਆਰਡਰ ਹੋਣੇ ਕੇ ਬਾਅਦ ਮੈਂ ਜੋ ਹੈ ਨਾ 90 ਦਿਨ ਕਾ ਡੇਟ ਦਿਆ ਗਿਆ ਥਾ, ਔਰ ਜਿਸਮੇ ਕਿ 90 ਦਿਨ ਕਾ ਡੇਟ ਦੇਣੇ ਕੇ ਬਾਅਦ ਜੋ ਹੈ ਨਾ 4 ਸਾਲ 3 ਮਹੀਨੇ ਓਵਰ ਹੋ ਗਿਆ। ਓਵਰ ਹੋਣੇ ਕੇ ਬਾਅਦ ਇਹ 7 ਸਾਲ 3 ਮਹੀਨੇ ਕੇ ਅੰਦਰ ਮੈਂ 12 ਵਕੀਲ ਕੀਏ, 12 ਵਕੀਲ ਮੈਂ ਇੱਕ ਵਾਰ ਨਹੀਂ ਕੋਈ ਮੇਰਾ ਫੈਸਲਾ ਕੀਆ। ਉਸਕੇ ਬਾਅਦ ਮੈਂ ਮੁੱਖ ਮੰਤਰੀ ਸਾਹਿਬ ਕੋ, ਕੈਪਟਨ ਸਾਹਿਬ ਕੋ ਮੈਂ ਰਜਿਸਟਰੀ ਕੀਏ,
कुछ दिन के बाद उनका ऑर्डर आ गया। ऑर्डर आने के बाद में मेरे को आज 4-5 महीने जो है एक दिन नहीं तैयारी करने दिया और नहीं तो कोई मेरे को फैसला किया। मैं सोचे कि यहाँ पर जो है ना नहीं कोई थाना प्रभारी है, नहीं कोई अफसर है और आज तक नहीं आँख से दिखाई दिया और नहीं तो कान से सुनाई दिया। मैं सोचे अब कोई हल नहीं है, जिसमें कि ये केस लड़ने के चक्कर में मेरा एक पोता मर गया और एक मेरा लड़का मर गया और ये केस लड़ने में जो है ना 42,000 रुपया लेने के चक्कर में 3.5 लाख रुपया नुकसान हुआ, जिसमें आप जो है ना मेरा कोई यहाँ हाल नहीं है। यहाँ का मंत्री का क्या कहेगा, क्या होगा नहीं होगा वो हम नहीं कह सकते हैं। दूसरा नंबर कि मेरा रिश्तेदार, मेरा घरवाली, मेरा पूरे परिवार बहन बनोई तक सारा मेरे से निखुश है कि सारा पैसे ये 7 साल से कमा करके उत्थे लगा दिया कि एक अपने पोते को मार दिया, एक अपने लड़के को मार दिया और उसका कोई गुजारा यहाँ नहीं है। इसलिए मैं सोचे कि अब अफसर को न कान में आँख में दिखाई देता है न कान में सुनाई देता है, अब मैं पीपा बजाना शुरू करेंगे। पापा सिरा शुरू करने के बाद में यहाँ जो है ना पुलिस सब प्रशासन बोला कि पीपा बंद कर दो, इस गांव बैठे रहो। मैं बोले नहीं पीपा बंद करेंगे, पीपा बंद करने से पहले मेरा कार्रवाई करो फिर मैं पीपा बंद करेंगे। पंजाब कांग्रेस मुख्यमंत्री से क्या मांगा था कि बिहार का बंदा ले आ करके ऐसे ऐसे करो हैं? मेरा यहाँ बच्चा मर गया, सारे कुछ मर गया, यहाँ कोई देखभाल नहीं है, कोई कार्रवाई नहीं है, इसलिए यहाँ रहने से क्या फायदा है? मेरा बच्चा मर गया, मेरा लड़का मर गया, मेरा पोता मर गया, मैं भी मरेंगे। हाँ जी, कांग्रेस के मंत्री जो है ना ये जो यहाँ पे ऑफिस है यहाँ पर भी गए, सारे पासे में थक गए, मनप्रीत पाल के ऑफिस गए, उन्होंने बोला कि मैं जो है ना थाना में फोन करते हैं, थाना कोई मेरा कवरेज नहीं करता है। हाँ हाँ, नहीं उसका पीए बोला सर कि मैं तो फोन किए हैं रामबजू राम, उसने कोई प्रभाव नहीं कर रहा है। मैं जो है ना ये जो प्रकाश सिंह बादल पीए था उस टाइम मैं भी गए थे कि नीचे बैंक है ऊपर में ऑफिस है, मैं वहाँ पर भी गए थे, लेकिन उन्होंने भी था मैं सारे पासे दिल्ली का भी मेरा कॉप कॉपी है, दिल्ली का वो उत्तर प्रदेश लखनऊ चीफ सेक्रेटरी का भी ऑफिस है, वो कागज बनावाया हुआ है कि राज कोई है, कानून एक है, एक्शन लो, लेकिन उसमें भी एक्शन नहीं ले रहा है। हाँ, मनप्रीत के पीएन भी फोन किया और कोई हल नहीं हुआ। मेरा मांग यही है सर कि मेरा जो क्षतिपूर्ति हुआ, जो ब्याज दिया गया, जो मूर लेना है वो हमको चाहिए, नजायज से हमको कोई जरूरत नहीं है। मैं सर केस लड़ने के लिए नहीं आए, मैं 200 रुपया रोज कमाने के लिए आए हैं, बाल बच्चे छोटे छोटे छोड़ करके घर पे आए हैं और मेरा ये यहाँ पे हाल हो रखा है, कर रखा। पुलिस अधिकारियों ने भी कोई मदद? पुलिस प्रशासन ने कोई मदद नहीं किया, जमे नहीं, उसको एक बारी नहीं बुलाया। मेरे को 240 वाली मोड़ थाना कोट पत्ते ये जो ISI थाना, ये CBI थाना, ये थर्मल कॉलोनी 1 नंबर गेट DSP के ऑफिस में सारा मेरे पास रिकॉर्डिंग भी है। मैं नहीं मानेगा तो मैं रिकॉर्डिंग भी देने के लिए तैयार है। मैं जब तक यहाँ पर नहीं होगा सारा मेरा परिवार मरी गया, मेरा पोता लड़का मरी गया तो मैं भी थे मरेंगे, मैं घर जा करके मुँह किसको दिखाएंगे? मैं तो खाने काबिल नहीं है सर। बिल्कुल, एक गरीब प्रवासी बंदा हैगा जेड़ा आज पंजाब दी सरकार तो मांग कर रहा है, पंजाब दे मुख्यमंत्री तो भी मांग कर रहा थे, जिला प्रशासन तो कि इंसाफ दिता जाए, यदि जी बनती राशि दी जाए। इन दस जिमें कि पिछले कई सालों तो यह केस लटकया हुआ, किसी अधिकारी ने यदि गल नहीं सुनी सके। पंजाब दे मुख्यमंत्री तो ने मांग की है कि मुख्यमंत्री साहब इस केस के बीच इस गरीब नूं जल्दी तो जल्दी इंसाफ दिता जाए, नहीं तो जेडे लोग कारोबार करने वास्ते दूसरे राज्यों तो आते हैं उन्हों का विश्वास जिहड़ा पंजाब की कांग्रेस सरकार तो पुलिस प्रशासन तो बिल्कुल ही उठ जाना है। कैमरामैन छपिंदर के नाल अमित शर्मा, डेली पोस्ट पंजाबी, बठिंडा।